सब्सक्राइब करो NC7 न्यूज नो ते लेटेस्ट अपडेट पाने लिए प्रेस करो बेल आइकन। देश के दूजे सूबे च जिथे बर्ड फ्लू ने दहशत मचाई हुई है उत्थे हुण इसने पंजाब च भी दस्तक दे दिती है। माहौल उस समय दहशत भरिया बन गया जदों 25 तों 30 तोते तड़प तड़क के मरदे वेखे गए। हालात नूं वेखदे होए डॉक्टर की टीम मौके ते पहुंची ते पुलिस प्रशासन नूं भी सूचना दिती गई जिथे सिहत विभाग वल्लों मरे हुए तोतियां नूं डूंघे टोए च दफनाया गया। उत्थे ही कई तोतियां नूं बचाउण दीआं कोशिशां कीतीआं जा रहीआं। 9 बजे जिहड़ा साडे चौकीदार आए जदों असीं दफ्तर आए ते इहने सानूं दस्सिआ जी वी आपणे उत्थे तोते डिग रहे ने जी ते इहनां दी मौत हो रही है। ਅਸੀਂ ਨਾਲ ਦੀ ਨਾਲ ਆ ਕੇ ਦੇਖਿਆ ਜੀ, ਅਸੀਂ ਫਿਰ ਨੇੜੇ ਤਾਂ ਗਏ ਨਹੀਂ, ਦੂਰੋਂ ਖੜ੍ਹ ਕੇ ਅਸੀਂ ਚੈੱਕ ਕਰਕੇ ਜੀ ਨਾਲ ਦੀ ਨਾਲ ਸਾਡੇ ਉੱਚ ਅਫਸਰਾਂ ਨੂੰ ਅਤੇ ਮੀਡੀਆ ਨੂੰ ਵੀ ਅਸੀਂ ਫੋਨ ਕੀਤਾ ਵੀ ਤੁਸੀਂ ਅੱਗੇ ਡਾਕਟਰਾਂ ਨਾਲ ਗੱਲ ਕਰੋ ਜੀ। ਅਤੇ ਉਹਨਾਂ ਨੇ ਫਿਰ ਅੱਗੇ ਟੀਮ ਨੂੰ ਫੋਨ ਕੀਤਾ ਜੀ, ਜਿਹੜਾ ਇੱਥੇ ਆਪਣੇ ਸੁਰਜੀਤ ਸਿੰਘ ਜਿਹੜੇ ਇੰਸਪੈਕਟਰ ਨੇ ਪਸ਼ੂ ਹਸਪਤਾਲ 'ਚੋਂ ਆ ਗਏ ਸੀਗੇ ਜੀ, ਉਹਨਾਂ ਨੇ ਆਪਣੀ ਬਰਨਾਲੇ ਤੋਂ ਟੀਮ ਨੂੰ ਫੋਨ ਕੀਤਾ ਜੀ। ਇਹ ਸਰ ਜਿਵੇਂ ਦਰਖਤ ਦੇ ਉੱਪਰੋਂ ਡਿੱਗ ਕੇ ਤੜਫ ਕੇ ਇਹਨਾਂ ਦੀ ਮੌਤ ਹੋ ਰਹੀ ਸੀ। ਗਿਣਤੀ 'ਚ ਇਹ ਸੀਗੇ 30 ਦੇ ਕਰੀਬ, ਸਾਰੀ ਮੰਡੀ ਦੇ ਵਿੱਚ ਖਿੰਡੇ ਪਏ ਸੀਗੇ ਜੀ। ਅਸੀਂ ਸਾਨੂੰ ਐਂ ਹੋਗਾ ਵੀ ਕੋਈ ਕੁੱਤਾ ਵਗੈਰਾ ਇਹਨਾਂ ਨੂੰ ਚੱਕ ਕੇ ਕੋਈ ਜ਼ਿਆਦਾ ਨੁਕਸਾਨ ਨਾ ਹੋ ਜਾਵੇ, ਵੀ ਬਰਡ ਫਲੂ ਦੀ ਬਿਮਾਰੀ ਚੱਲੀ ਵੀ ਹੈ, ਤਾਂ ਕਰਕੇ ਅਸੀਂ ਉਹਨੂੰ ਆਪਦੇ ਪੂਰੇ ਗਲਾਬ ਜਾਣਾ ਉਹ ਇਕੱਠੇ ਕਰ ਇੱਕਦਮ ਇਕੱਠੇ ਕਰਵਾਤੇ ਸੀ ਚੌਕੀਦਾਰ। ਹਾਂਜੀ ਹਾਂ, ਕਿਉਂਕਿ ਬਰਡ ਫਲੂ ਦਾ ਚੱਲ ਰਿਹਾ ਜੀ, ਉਹਦੇ ਕਰਕੇ ਅਸੀਂ ਇੱਥੇ ਉਹਨਾਂ ਟਾਈਮ ਖੜ੍ਹੇ ਵੀ ਰਹੇ, ਕੋਈ ਕੁੱਤਾ ਵਗੈਰਾ ਇਹਨਾਂ ਨੂੰ ਚੱਕ ਕੇ ਨਾ ਲਏ, ਜ਼ਿਆਦਾ ਨੁਕਸਾਨ ਨਾ। ਪੰਜਾਬ 'ਚ ਹੋਰ ਕੇਸ ਰਿਕਾਰਡ ਨਹੀਂ ਹੋਇਆ, ਇਸ ਲਈ ਅਸੀਂ ਸੈਂਪਲ ਭੇਜ ਰਹੇ ਹਾਂ। 4-5 ਬਰਡ ਸੀ ਅਤੇ ਡੈਡ ਬਰਡ ਨੇ, ਉਹ ਆਡੀਟਰ ਜਨਰਲ ਭੇਜਾਂਗੇ, ਉੱਥੋਂ ਰਿਪੋਰਟ ਆਉਣ ਤੋਂ ਬਾਅਦ ਕੁਛ ਕਹਿ ਸਕਦੇ ਹਾਂ। ਹਾਂ 25 ਤੀਹ ਭਰੇ, ਕਾਹ ਤੋਂ ਕੋਈ ਪੋਜ਼ਿਟਿਵ ਵੀ ਹੋ ਸਕਦੇ, ਕੁਛ ਮਤਲਬ ਨਾ ਜੋ ਟੈਸਟ ਹੋਊਗਾ ਇਹਦਾ ਰਿਪੋਰਟ ਆਊ ਤਾਂ ਕੁਛ ਕਹਿ ਸਕਦੇ ਜੀ, ਪਹਿਲਾਂ ਕੁਛ ਨਹੀਂ ਕਹਿ ਸਕਦੇ। ਪਰ ਕੋਈ ਰੈਸਪੀਰੇਟਰੀ ਸਿੰਪਟਮ ਲੱਗ ਰਿਹਾ ਜੀ, ਕੋਈ ਫਲੂ ਵਾਲਾ ਸਿੰਪਟਮ ਨਹੀਂ ਲੱਗ ਰਿਹਾ, ਵੀ ਕੋਈ ਪੋਜ਼ਿਟਿਵ ਦੇ ਚਾਂਸ ਵੱਧਦਾ। ਸਾਰੇ ਅਸੀਂ ਭੇਜ ਰਹੇ ਜੀ, 5 ਵਾਰਡ ਭੇਜ ਰਹੇ ਹਾਂ। ਆਡੀਟਰ ਜਨਰਲ ਨੈਸ਼ਨਲ ਲੈਵਲ ਦੀ ਲੈਬੋਰਟਰੀ ਹੈ, ਉੱਥੋਂ ਸਾਰੇ ਟੈਸਟ ਹੋਣਗੇ ਇਹਦੇ, ਫਲੂ ਦੇ ਜੋ ਵੀ ਹੈ ਇਨਫੈਕਸ਼ਨ, ਕੋਈ ਵੀ ਇਨਫੈਕਸ਼ਨ ਆ ਉਹ ਸਾਨੂੰ ਉਹਦੀ ਰਿਪੋਰਟਿੰਗ ਪ੍ਰੋਪਰ ਰਿਪੋਰਟਿੰਗ ਆਊ। ਸਾਰੇ ਟੈਸਟ ਹੋਣੇ ਜੀ ਉੱਥੇ, ਫਲੂ ਆ ਕੋਈ ਵਾਇਰਲ ਇਨਫੈਕਸ਼ਨ, ਕਿਹੜੀ ਇਨਫੈਕਸ਼ਨ ਆ, ਕੀ ਕਾਰਨ ਆ, ਕੀ ਇਹਦਾ ਕਰ ਸਕਦੇ ਆਪਾਂ ਅੱਗੇ। ਹਾਂ ਉਦੋਂ ਬਾਅਦ ਹੀ ਆਪਾਂ ਕੋਈ ਇਤਿਹਾਸ ਵਰਤ ਸਕਦੇ ਹਾਂ। ਇਹਨਾਂ ਨੂੰ 5 ਫੁੱਟ 2 ਮੀਟਰ ਡੂੰਘਾ ਟੋਆ ਪੱਟ ਕੇ ਜੀ ਕੈਲਸ਼ੀਅਮ ਹਾਈਡ੍ਰੋਕਸਾਈਡ ਸਚੂਸ਼ਨ ਪਾ ਕੇ ਉਹ ਦੱਬ ਰਹੇ, ਜਿਹਨੂੰ 4 ਸਾਲ ਛੇੜ ਨਹੀਂ ਸਕਦੇ। ਪਿਛਲੇ ਸਾਲ ਕੋਵਿਡ-19 ਕਾਰਨ ਲੱਗੀ ਲੰਬੀ ਤਾਲਾਬੰਦੀ ਉਪਰੰਤ ਪੰਜਾਬ ਸਰਕਾਰ ਦੇ ਐਲਾਨ ਤੋਂ ਬਾਅਦ ਬੀਤੇ ਦਿਨ ਤੋਂ ਮਹਾਨਗਰ ਜਲੰਧਰ ਦੇ ਕੁਝ ਸਕੂਲ ਖੁੱਲ੍ਹ ਗਏ ਨੇ। ਕੋਵਿਡ-19 ਦੇ ਕਾਰਨ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਖੁੱਲ੍ਹੇ ਮਹਾਨਗਰ ਦੇ ਸਕੂਲਾਂ 'ਚ ਬੱਚਿਆਂ ਦੀ ਪਹਿਲਾਂ ਵਰਗੀ ਹਲਚਲ ਨਹੀਂ ਦਿਸੀ। ਉਹਨਾਂ ਦੀ ਹਾਜ਼ਰੀ ਵੀ ਚਾਹੇ ਪਹਿਲਾਂ ਜਿੰਨੀ ਨਹੀਂ ਸੀ, ਪਰ ਜਿਸ ਸਕੂਲ ਵਿੱਚ ਵੀ ਵਿਦਿਆਰਥੀ ਪਹੁੰਚੇ ਉਹ ਇਸ ਦੌਰਾਨ ਸਕੂਲ ਪਹੁੰਚ ਕੇ ਕਾਫੀ ਉਤਸ਼ਾਹਿਤ ਦਿਸੇ। ਉਹਨਾਂ ਨੇ ਆਪਣੇ ਅਧਿਆਪਕਾਂ ਨੂੰ ਮਿਲ ਕੇ ਜਿੱਥੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ, ਉੱਥੇ ਹੀ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣੇ ਘਰਾਂ ਵਿੱਚ ਬਿਤਾਏ ਸਮੇਂ ਦੇ ਅਨੁਭਵ ਵੀ ਸਾਂਝੇ ਕੀਤੇ। ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੇ ਐਲਾਨ ਮੁਤਾਬਕ ਅੱਜ 5ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲ੍ਹੇ ਰਹੇ। ਅਗਲੇ 7 ਦਿਨਾਂ ਲਈ ਗੁਆਂਢੀ ਸੂਬਿਆਂ ਤੋਂ ਮੁਰਗੀ, ਆਂਡੇ ਅਤੇ ਮੀਟ ਦੇ ਇੰਪੋਰਟ ਤੇ ਰੋਕ ਲੱਗ ਗਈ ਹੈ। ਗੁਆਂਢੀ ਸੂਬੇ ਹਰਿਆਣਾ, ਹਿਮਾਚਲ 'ਚ ਵਧਦੇ ਬਰਡ ਫਲੂ ਦੇ ਖਤਰੇ ਤੋਂ ਬਾਅਦ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਹੀ ਬਰਨਾਲਾ ਨਜ਼ਦੀਕ ਪੰਛੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਪੰਜਾਬ 'ਚ ਲਗਾਤਾਰ ਪੰਛੀਆਂ ਦੇ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ ਤੇ ਹੁਣ ਵੱਧ ਰਹੇ ਬਰਡ ਫਲੂ ਦੇ ਖਤਰੇ ਤੋਂ ਬਾਅਦ ਹੀ ਹੁਣ ਸਰਕਾਰ ਸਤਰਕ ਹੋ ਗਈ ਹੈ, ਜਿਸ ਤੋਂ ਬਾਅਦ ਸਰਕਾਰ ਨੇ ਇਹ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ 5,000 ਮਿੰਨੀ ਬੱਸ ਪਰਮਿਟ ਜਾਰੀ ਕਰਨ ਜਾ ਰਹੀ ਹੈ। ਕਹਿਣਾ ਹੈ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦਾ। ਪੰਜਾਬ ਭਵਨ 'ਚ ਗੱਲਬਾਤ ਕਰਦੇ ਹੋਏ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਦੇ ਮਕਸਦ ਦੇ ਨਾਲ 5,000 ਮਿੰਨੀ ਬੱਸਾਂ ਦੇ ਪਰਮਿਟ ਦੇਣ ਦਾ ਐਲਾਨ ਕੀਤਾ ਗਿਆ ਸੀ। ਇਹ ਪ੍ਰਕਿਰਿਆ ਮਾਰਚ 2021 ਤੱਕ ਪੂਰੀ ਕਰ ਲਈ ਜਾਵੇਗੀ। ਇਸ ਦੇ ਨਾਲ ਹੀ ਵੱਡੀਆਂ ਬੱਸਾਂ ਦੇ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਵੀ ਮਾਰਚ ਤੋਂ ਸ਼ੁਰੂ ਕਰ ਲਈ ਜਾਵੇਗੀ। ਉਹਨਾਂ ਦੱਸਿਆ ਕਿ ਨਿੱਜੀ ਬੱਸਾਂ ਸਮੇਤ ਸਾਰੀਆਂ ਬੱਸਾਂ ਵਿੱਚ ਵਾਹਨ ਟਰੈਕਿੰਗ ਸਿਸਟਮ ਲਗਾਉਣ ਦੀ ਵੀ ਤਜਵੀਜ਼ ਹੈ। PRTC ਦੀਆਂ ਬੱਸਾਂ ਵਿੱਚ ਵੀ ਅਗਲੇ 6 ਮਹੀਨਿਆਂ ਵਿੱਚ ਇਹ ਸਿਸਟਮ ਲੱਗ ਜਾਏਗਾ। ਉਹਨਾਂ ਦੱਸਿਆ ਕਿ ਮੌਜੂਦਾ ਸਾਲ ਵਿੱਚ ਪੰਜਾਬ ਕੋਲ 600 ਹੋਰ ਨਵੀਆਂ ਬੱਸਾਂ ਆ ਜਾਣਗੀਆਂ, ਜਿਸ ਨਾਲ ਪਬਲਿਕ ਟਰਾਂਸਪੋਰਟ ਦੇ ਖੇਤਰ ਵਿੱਚ ਲੋਕਾਂ ਨੂੰ ਸਫ਼ਰ ਕਰਨ ਦੀ ਜ਼ਿਆਦਾ ਸਹੂਲਤ ਮਿਲੇਗੀ। ਇੱਕ
पासे जिथे कोविड 19 तो बाद मार्च 2020 तो स्कूल कॉलेज ते यूनिवर्सिटियां बंद सन, उथे ही हुन पंजाब सरकार वालों 7 जनवरी तो 5वीं क्लास तो लेके 12वीं क्लास तक स्कूल खोलन दा ऐलान जरूर कर दिता सी, पर विद्यार्थियों की गिनती ना मात्र रही। उस तो बाद पंजाबी यूनिवर्सिटी प्रशासन भी गूढ़ी नींद चो आखिरकार जागी पिया ते 11 जनवरी तो पंजाबी यूनिवर्सिटी नु खोलन दा एक पत्र जरूर जारी कर दिता, परंतु होस्टल खोलन संबंधी कुछ भी स्पष्ट नहीं किया गया है। पत्र जारी होने तो बाद बाहरों आने वाले विद्यार्थियों च पंबल भूसे वाली स्थिति जरूर पैदा हो गई है। क्लासा लगन लई तैयार ने पर की विद्यार्थियों नु होस्टल मिलनगे इस बारे स्पष्ट नहीं किया गया है। दस्सेयोग है कि जेकर यूनिवर्सिटी प्रबंधकों वालों विद्यार्थियों नु होस्टल मुहैया ना कराए गए तो विद्यार्थी आखिर कित्थे रहेंगे, ये अपने आप दे विच एक वड्डा सवाल जरूर बन गया है। Are you worried about your child's future? Then here is a golden chance to join Doon Senior Secondary Public School for bright future of your child. Best education is provided here with reasonable fee structure, finest environment, well-managed labs of physics, chemistry and biology, special quota classes for plus one and plus two students. Admission open from now for nursery to 9th and plus one in commerce, arts and medical stream. Join Doon Senior Secondary Public School, Karyadwala, District Bathinda. Contact on 94179-40107 and 99884728-57. For your child's bright future and to enhance your child's knowledge, take them to Bhartiya Model Senior Secondary School, CBSE affiliated. Admissions are open from nursery to 12th with medical, arts and commerce stream with affordable fee. Available facilities are fully air-conditioned classrooms, well-educated and cooperative staff, healthy environment for your child's better upbringing, faculty of kindergarten, physics, chemistry and mathematics lab, extracurricular activities like yoga classes, meditation sessions, athletic meet. Admission open, limited seats. Do hurry. For the further inquiry, contact on 01651220279 and 01651221279.